उगे बॉडी बिल्डर अते मॉडल सतनाम खटड़ा अपने लखां फैंस अते खेड़ जगत सदा लई अलविदा आखदा ते उन्हां दे जद्दी पिंड पालमाजरा विखे अंतिम संस्कार होए। मौत दा कारण हार्ट अटैक दस्या जा रहा। परिवार मुताबक खटड़ा नूं सवेरे 3 बजे दे करीब खून दी उल्टी आई सी। रजिंद्रा अस्पताल ले जाण दी कोशिश भी होई पर राह दे विच ही मौत ने गल ला लिया। एक सधारण परिवार च जन्म लैण वाले साबका कबड्डी खिडारी सतनाम खटड़ा ने अपना बॉडी बिल्डिंग का सफर 7 साल पहले ही शुरू किया। अपनी सख्त मेहनत के बलबूते वह ना सिर्फ नशे की अलामत तो दूर होए सगों बॉडी बिल्डिंग और मॉडलिंग के खेत्र दे विच अपनी सफलता के झंडे भी गढ़े। नौजवानों के लिए आइकन सन सतनाम खटड़ा। उन्हां नाल एक सैल्फी लैन खातर लोग कई कई घंटे इंतजार भी कर सकते सन। ਕਦੋਂ ਘਟਾ ਕੀ ਹੋਣਾ? ਨਾਮ ਰੋਸ਼ਨ ਕੀਤਾ ਤੁਹਾਡਾ? ਨਾਮ ਰੋਸ਼ਨ ਕਰਾਇਆ। ਕਿੱਥੇ ਕਿੱਥੇ ਖੇਡਿਆ ਤੁਹਾਡਾ ਬੇਟਾ? ਕੈਨੇਡਾ ਆਇਆ, ਉਹਰੇ ਗੱਡੀ ਮੈਂ ਖੇਡਦਾ ਸੀ। ਨੌਜਵਾਨਾਂ ਵਿੱਚ ਸਿਹਤ ਚੰਗੀ ਦਿੰਦਾ? ਸਾਰੀ ਸਿਹਤ ਸਾਰੇ ਉਹ ਤੋਂ ਸਿਹਤ ਸਿੱਖਦੇ ਸੀ ਵੇਟ ਲਿਫਟਿੰਗ ਦੀ ਜਿੰਮ ਕਰਕੇ। ਵੱਡਾ ਨੁਕਸਾਨ ਹੈ ਜੀ, ਔਰ ਇਹੋ ਜਿਹੇ ਹੋਣਹਾਰ ਬੱਚੇ ਜਿਹੜਾ ਸਾਡੇ ਪਰਿਵਾਰ ਦਾ, ਪਿੰਡ ਦਾ ਔਰ ਪੰਜਾਬ ਦਾ ਭਵਿੱਖ ਨੇ, ਉਹ ਇਸ ਤਰ੍ਹਾਂ ਤੁਰ ਜਾਣਾ ਬੇਮੌਕਾ ਮੈਂ ਸਮਝਦਾ ਬਹੁਤ ਹੀ ਵੱਡਾ ਘਾਟਾ ਹੈ। ਸਾਰੇ ਇਲਾਕੇ ਦੇ ਵਿੱਚ ਬੜਾ ਵੱਡੀ ਸੋਗ ਦੀ ਲਹਿਰ ਆ। ਬੱਬਰ ਸ਼ੇਰ ਵਰਗਾ ਨੌਜਵਾਨ ਹਾਰਟ ਅਟੈਕ ਨੇ ਨਿਕਲ ਲਿਆ, ਪਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਸਬਕ ਜ਼ਰੂਰ ਲੈਣਾ ਚਾਹੀਦਾ ਹੈ ਜੋ ਜਿਮ ਜਾਣ ਦੇ ਸ਼ੌਕੀਨ ਹੁੰਦੇ ਨੇ, ਬਾਡੀ ਬਿਲਡਰ ਬਣਨ ਦਾ ਜਨੂੰਨ ਰੱਖਦੇ ਨੇ। ਅੱਜ ਦੇ ਨੌਜਵਾਨ ਥੋੜ੍ਹੇ ਸਮੇਂ ਅਤੇ ਘੱਟ ਸਰੀਰਕ ਮਿਹਨਤ ਕਰਕੇ ਹੀ ਛੇਤੀ ਛੇਤੀ ਆਪਣੀ ਬਾਡੀ ਬਣਾਉਣ ਦੇ ਵਿੱਚ ਲੱਗੇ ਹੋਏ ਨੇ। ਇਸ ਦੇ ਲਈ ਬਜ਼ਾਰੂ ਮੈਡੀਕਲ ਪ੍ਰੋਡਕਟ ਦਾ ਖੂਬ ਸੇਵਨ ਵੀ ਹੁੰਦਾ, ਪ੍ਰੋਟੀਨ ਦੀ ਵਾਧੂ ਮਾਤਰਾ ਦੇ ਵਿੱਚ ਵਰਤੋਂ ਵੀ ਕੀਤੀ ਜਾਂਦੀ ਹੈ। ਖਬਰਾਂ ਤਾਂ ਇਹ ਵੀ ਆਉਂਦੀਆਂ ਨੇ ਕਿ ਮਸਲਸ ਨੂੰ ਪੰਪ ਕਰਨ ਖਾਤਰ ਇੰਜੈਕਸ਼ਨ ਤੱਕ ਲਾਏ ਜਾਂਦੇ ਨੇ, ਸਟੀਰੋਇਡ ਖਾਏ ਜਾ ਰਹੇ ਨੇ ਅਤੇ ਇਹੀ ਸਟੀਰੋਇਡ ਜਾਨਲੇਵਾ ਵੀ ਸਾਬਤ ਹੋ ਸਕਦੇ ਨੇ। ਸਤਨਾਮ ਖਟੜਾ ਦੇ ਚਲੇ ਜਾਣ ਦਾ ਖੇਡ ਜਗਤ ਨੂੰ ਵੱਡਾ ਘਾਟਾ ਪਿਆ। ਨੌਜਵਾਨਾਂ ਦਾ ਮਾਰਗਦਰਸ਼ਕ ਬਣੇ ਖਟੜਾ ਕਈ ਨੌਜਵਾਨਾਂ ਦੇ ਲਈ ਆਸ ਬਣ ਚੁੱਕੇ ਸਨ ਅਤੇ ਉਹਨਾਂ ਦੇ ਜਾਣ ਦਾ ਘਾਟਾ ਸ਼ਾਇਦ ਹੀ ਕਦੀ ਪੂਰਾ ਹੋਵੇ। PTC ਨਿਊਜ਼ ਲੇਖ ਪਟਿਆਲਾ ਤੋਂ ਗਗਨਦੀਪ ਆਹੂਜਾ ਦੀ ਰਿਪੋਰਟ।